ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਇਹ ਗੱਲ ਗਲਤ ਆ, ਧੱਕੇ ਮਾਰ ਕੇ ਕਿਸੇ ਨੂੰ ਡੇਗ ਨਹੀਂ ਆਇਆ। ਮੈਂ ਵੀ ਮੁਲਾਜ਼ਮ ਹਾਂ, ਠੀਕ ਆ, ਮੈਂ ਮੁਲਾਜ਼ਮ ਹਾਂ, ਮੈਨੂੰ ਧੱਕੇ ਮਾਰ ਕੇ ਹੁੰਦਾ ਕੌਣ ਆ ਧੱਕੇ ਮਾਰਨ ਵਾਲਾ? ਜਿਹੜੀ ਗੱਲ ਕਰ ਰਹੇ ਹਾਂ, ਜੇ ਡਿਊਟੀ ਹੈ ਨਾ ਸਾਲੀ, ਡਿਊਟੀ ਸਾਰਿਆਂ ਲਈ ਬਰਾਬਰ ਮੈਂ ਤਾਂ ਬੋਲੂਗਾ ਸਰ, ਜਦੋਂ ਮੈਂ ਪਿਆਰ ਨਾਲ ਬੋਲ ਰਿਹਾ ਸੀ ਉਦੋਂ ਕਿਹੜੀ ਸੋਲੀ ਆਈ, ਕਿਹੜੀ ਸੋਲੀ ਤੁਸੀਂ ਚਲਾਣ ਭਰ ਜਿਹੜਾ ਜਿਹੜਾ ਤੇਰਾ ਕੰਮ ਮੇਰੇ ਚਲਾਣ ਬੰਦ ਆ, ਤੁਸੀਂ ਚਲਾਣ ਕੱਟੋ। ਤੂੰ ਮੈਨੂੰ ਬਾਤ ਕਿੰਨਾ ਕਰਦੀ ਪਈ ਦੱਸ, ਮੈਂ ਚਲਾਣ ਬੰਦਾ ਕੱਟਣ ਦੇ ਤੇਰਾ ਤੀਜਾ ਚਲਾਣ ਮੇਰਾ ਕਿਹੜਾ ਬੰਦਾ ਦੱਸੋ? ਚੌਥਾ ਚਲਾਣ ਕਿਹੜਾ ਬੰਦਾ? ਤੀਜਾ ਚਲਾਣ ਮੇਰਾ ਕਿਹੜਾ ਵਾ? ਹੱਥ ਲਾਉਣ ਵਾਲੀ ਸਰ ਗੱਲ ਨੀ ਗੀ, ਜਿਹੜੀ ਗੱਲ ਸਹੀ ਆ ਨਾ ਫਿਰ ਉਹ ਦੱਸੋ। ਮੈਂ ਸਰ ਆਰਾਮ ਦੇ ਨਾਲ ਹੀ ਗੱਲ ਕਰ ਰਿਹਾ ਸੀ, ਠੀਕ ਆ। ਮੈਂ ਬੋਲਿਆ ਮੈਂ ਪੈਸੇ ਦੇ ਰਿਹਾ ਸੀ ਨਾ, ਮੈਂ ਪੈਸੇ ਦੇ ਕਰੂੰਗਾ। ਤੁਸੀਂ ਵੀ ਤਾਂ ਕਰ ਹੀ ਰਹੇ ਹੋ,
ਰੌਲਾ ਇਸੇ ਗੱਲ ਤੇ ਚਲਾਨ ਕੱਟਣਾ ਸੀ, ਕੱਟ ਲੈ ਜਾਣਾ ਕੱਟਣਾ ਤੂੰ ਚਲਾਨ। ਤੁਹਾਡੇ ਵੱਲੋਂ ਬੱਸ ਲੁਕੀ ਕੀਤੀ ਗਈ ਪੁਲਿਸ ਵਾਲੇ ਨਾਲ? ਹਾਂਜੀ, ਤੁਹਾਡੇ ਵੱਲੋਂ ਕੋਈ ਬੱਸ ਲੁਕੀ ਕੀਤੀ ਗਈ ਪੁਲਿਸ ਵਾਲੇ ਨਾਲ? ਨਾ, ਬੱਸ ਲੁਕੀ ਕੀਤੀ ਇਹਨਾਂ ਨੇ ਹਵਲਦਾਰ ਲੈ ਕੇ ਆ ਵੀ ਇਹਨਾਂ ਨੇ ਸੀਟ ਬੈਲਟ ਨੀ ਲਾਈ, ਨੰਬਰ ਪਲੇਟ ਨੇ ਜਿਹੀ। ਮੈਂ ਇਹਨੂੰ ਬੁਲਾਇਆ, ਮੈਂ ਕਿਹਾ ਜੀ ਇਹ ਕਹਿੰਦੇ ਅਸੀਂ ਫੌਜੀ। ਮੈਂ ਕਿਹਾ ਚਲੋ ਤੁਸੀਂ ਮੌਕੇ ਦਾ ਕਰਾ ਲਓ, ਜਿਹੜਾ ਚਲਾਨ ਤੁਹਾਡਾ ਬਣਦਾ ਟਾਈਮ ਦੀ ਸਪੋਰਟ ਕਰਾ ਲਓ। ਕਹਿੰਦੇ ਚਲੋ ਠੀਕ ਹੈ ਜੀ। ਕਹਿੰਦਾ ਇਹਦੇ ਫਾਦਰ ਸਾਹਿਬ ਸਾਡਾ ਗਲਤ ਲੈਂਗੁਏਜ ਵਰਤਣ ਲੱਗ ਪਏ। ਚਲੋ ਮੈਂ ਦੱਸਣਾ ਤੁਹਾਨੂੰ, ਕੋਈ ਸਲਾਹ ਨਹੀਂ, ਸਾਰੇ ਇੱਥੇ ਗਵਾਹ ਨੇ। ਉਸ ਤੋਂ ਬਾਅਦ ਜੀ ਇਸ ਬੰਦੇ ਨੇ ਕਿਹਾ ਤੂੰ ਭੈਣ ਚੋਂ ਚਲਾਨ ਕਿੱਦਾਂ ਕੱਢਦੇ ਜਾਂ ਮੇਰਾ। ਇਸ ਬੰਦੇ ਨੇ ਮੈਨੂੰ ਗਾਲ ਕੱਢੀ, ਮੇਰੇ ਕੰਮ ਚੁਕਾਉਣ ਮੇਰਾ ਚਲਾਨ ਪਾ ਰਿਹਾ ਇਸ ਬੰਦੇ ਨੇ। ਮੈਂ ਸਿੱਧੇ ਬਲੂਨੀ ਠੰਡੀ ਬਣੀ ਬੂੰਦੀ ਕਵਰੇਜ ਦੀ ਬਣੀ ਮੈਂ ਕਰਾਉਂਗਾ। ਚਲਾਨ ਪਾੜਿਆ ਕਿਹੜਾ ਵਾ ਪਹਿਲਾਂ ਮੈਨੂੰ? ਮੈਂ ਚਲਾਨ ਕੱਟਤਾ ਇਹਨਾਂ ਦਾ ਅਤੇ ਮੈਂ ਥਾਣੇ ਇਹਨਾਂ ਨੂੰ ਸੱਚ ਬੁਲਾਇਆ, ਹੁਣ ਇਹਨੂੰ ਬੁਲਾ ਕੇ ਥਾਣੇ ਫਲਾਣ ਕੇ ਜੋ ਕਾਰਵਾਈ ਬਣਦੀ ਹੋਈ ਇੱਥੇ ਕਰਾਵਾਂਗਾ ਜੀ। ਉਹ ਤਾਂ ਕਾਰਵਾਈ ਤਾਂ ਬੰਦ।